ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅੱਜ ਅਸੀਂ ਬਰਗਾੜੀ ਮਾਮਲੇ ਨੂੰ ਲੈ ਕੇ ਕਰ ਰਹੇ ਹਾਂ ਅਤੇ ਬੇਅਦਬੀ ਮਾਮਲੇ ਜੋ ਕਿ ਪੰਜਾਬ ਦੇ ਵਿੱਚ ਵਾਪਰੇ 2015 ਤੋਂ ਸ਼ੁਰੂਆਤ ਹੋਈ ਔਰ 2018 ਹੁਣ ਹੋ ਚੁੱਕਿਆ। ਵੱਖ ਵੱਖ ਕਮਿਸ਼ਨਸ ਬਣੀਆਂ ਹਨ, ਕਮਿਸ਼ਨਾਂ ਨੇ ਆਪਣੀ ਰਿਪੋਰਟ ਵੀ ਜਿਹੜੀ ਹੈ ਉਹ ਵੀ ਸੌਂਪੀ ਹੈ ਅਤੇ ਹੁਣ ਜਿਹੜੀ ਸਿਆਸਤ ਪੱਕੀ ਹੋਈ ਹੈ ਪੰਜਾਬ ਦੇ ਵਿੱਚ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਵੇਖਣ ਨੂੰ ਮਿਲ ਰਹੀ ਹੈ। ਸਵਾਲ ਇੱਥੇ ਇਹ ਬਣਦੇ ਨੇ ਕਿ ਧਰਮ ਨੂੰ ਲੈ ਕੇ ਜਿਹੜੀ ਸਿਆਸਤ ਵੇਖਣ ਨੂੰ ਮਿਲਦੀ ਹੈ ਔਰ ਕਿਹੜੀ ਕਿਹੜੀ ਗੱਲਾਂ ਦੀ ਸਾਨੂੰ ਲੋੜ ਹੈਗੀ ਹੈ ਕਿ ਅਸੀਂ ਉਸ ਗੱਲ ਨੂੰ ਸੋਚੀਏ ਜੋ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੀ ਡਿਵਲਪਮੈਂਟ ਨੂੰ ਲੈ ਕੇ, ਪੰਜਾਬ ਦੀ ਬੈਟਰਮੈਂਟ ਦੇ ਲਈ ਜ਼ਰੂਰੀ ਹਨ। ਕਿ ਪੰਜਾਬ ਦੇ ਵਿੱਚ ਵੱਸਦੇ ਉਹਨਾਂ ਲੋਕਾਂ ਦੇ ਲਈ ਇਹ ਜ਼ਰੂਰੀ ਹੈ ਜਾਣਨਾ ਕਿ ਅਜਿਹੀਆਂ ਗੱਲਾਂ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ, ਪੰਜਾਬ ਦੇ ਵਿੱਚ ਵੱਸਦੇ ਲੋਕਾਂ ਨੂੰ ਉਕਸਾ ਕੇ ਧਰਮ ਦੇ ਨਾਂ 'ਤੇ ਰਾਜਨੀਤੀ ਕਰਕੇ, ਚਾਹੇ ਹਜੇ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਇਸ ਪਿੱਛੇ ਕੌਣ ਹੈਗਾ, ਲੇਕਿਨ ਪੰਜਾਬ ਸਰਕਾਰ ਦੀ ਮੀਟਿੰਗ ਹੋਈ, ਕੈਬਨਿਟ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਹੁਣ ਕੋਈ ਵੀ ਦੋਸ਼ੀ ਇਸ ਮੁਤਲਕ ਪਾਇਆ ਜਾਏਗਾ ਅਤੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਏਗੀ। ਅਤੇ ਅੱਜ ਇਸੀ ਉੱਤੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਮੇਰੇ ਨਾਲ ਬਲਦੇਵ ਸਿੰਘ ਗਰੇਵਾਲ ਜੀ, ਸ਼ੇਰੇ ਪੰਜਾਬ ਅਖਬਾਰ ਨਿਊਜ਼ਪੇਪਰ ਤੋਂ, ਨਿਊਜ਼ਪੇਪਰ ਨਿਊਯਾਰਕ ਤੋਂ ਜਿਹੜੀ ਚੱਲਦੀ ਹੈ, ਉਹਨਾਂ ਦੇ ਐਡੀਟਰ ਮੇਰੇ ਨਾਲ ਫੋਨ ਲਾਈਨ ਦੇ ਵਿੱਚ ਮੌਜੂਦ ਨੇ। ਜਾਣਨ ਦੀ ਕੋਸ਼ਿਸ਼ ਕਰਦੇ ਕਿ ਉਹ ਇਸ ਮੁਤਲਕ ਆਪਣੇ ਕੀ ਕੁਝ ਕਮੈਂਟਸ ਸਾਨੂੰ ਦੇਣਾ ਚਾਹੁੰਦੇ ਹਨ। ਬਲਦੇਵ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ। ਥੈਂਕ ਯੂ ਹਰਕੀਰਤ ਜੀ। ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹਦਾ ਕੁੰਡਾ ਧਰਮ ਤੇ ਹੋ ਗਿਆ, ਜਦਕਿ ਧਰਮ ਦਾ ਕੁੰਡਾ ਸਿਆਸਤ ਤੇ ਹੋਣਾ ਚਾਹੀਦਾ ਸੀ। ਸਿਆਸਤ ਤੇ ਅਗਰ ਧਰਮ ਦਾ ਕੁੰਡਾ ਹੋਵੇ ਤੇ ਆਪਣੇ ਆਪ ਰਾਜ ਜਿਹੜਾ ਹਲੀਮੀ ਰਾਜ ਹੋ ਜਾਂਦਾ, ਜਿਹਦੇ ਵਿੱਚ ਕਿਸੇ ਨੂੰ ਇਤਰਾਜ ਨਾ ਹੋਵੇ। ਜੇ ਗੁਰਬਾਣੀ ਦੇ ਅਨੁਸਾਰ ਰਾਜ ਹੋਵੇ ਤੇ ਉਹਨੂੰ ਅਸੀਂ ਹਲੀਮੀ ਰਾਜ ਕਹਿ ਸਕਦੇ, ਭਾਵੇਂ ਉਹ ਕਿਸੇ ਦਾ ਵੀ ਹੋਵੇ। ਹਿੰਦੂ ਧਰਮ ਦਾ, ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦਾ, ਸ਼ੁੱਧ ਮੰਨਣ ਵਾਲੇ ਦਾ ਹੋਵੇ, ਉਹ ਵੀ ਰਾਜ ਰਾਮ ਰਾਜ ਹੋ ਸਕਦਾ। ਪਰ ਹੋਇਆ ਇਹ ਹੈ ਕਿ ਸਾਡੇ ਇਹ ਸਿੱਖ ਧਰਮ ਦੇ ਵਿੱਚ ਇਹ ਕਰ ਲਿਆ ਗਿਆ ਕਿ ਸਿੱਖ ਧਰਮ ਔਰ ਸਿਆਸਤ ਇਕੱਠੇ ਨੇ। ਇਕੱਠੇ ਹੋਣ ਦਾ ਮਤਲਬ ਤਾਂ ਇਹ ਸੀ ਕਿ ਹਮੇਸ਼ਾ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਰਹਿੰਦਾ, ਰਾਜ ਕਰਨ ਵਾਲਿਆਂ ਦੇ ਧਰਮ ਦਾ ਕੁੰਡਾ ਰਹਿੰਦਾ। ਪਰ ਹੋਇਆ ਇਸਦੇ ਬਿਲਕੁਲ ਉਲਟ ਹੈ। ਅਸੀਂ ਧਰਮ 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 ਕਰੀ ਜਾ ਰਹੇ ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਰੋਟੀ ਸਾਡੇ ਜਿਉਣ ਲਈ ਬਹੁਤ ਜ਼ਰੂਰੀ ਹੈ। ਪਰ ਜੇ ਅਸੀਂ ਰੋਟੀ 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 ਕਰੀ ਜਾਈਏ, ਖਾਈਏ ਨਾ, ਤੇ ਸਾਡਾ ਕੀ ਹਸ਼ਰ ਹੋਏਗਾ? ਸਾਡਾ ਕੁਛ ਇਹੋ ਜਿਹਾ ਹਾਲ ਹੋ ਗਿਆ। ਜਦੋਂ ਇਹ ਬਰਗਾੜੀ ਕਾਂਡ ਹੋਇਆ ਸੀ, ਸ਼ਾਇਦ ਯਾਦ ਹੋਵੇਗਾ, ਉਹ ਤੋਂ ਕਿਸਾਨ ਸੜਕਾਂ ਤੇ ਆ ਗਏ ਸੀ। ਕਿਸਾਨਾਂ ਦਾ ਅੰਦੋਲਨ ਬੜਾ ਭਖਿਆ ਹੋਇਆ ਸੀ। ਇੱਕਦਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੇ ਨਾਲ ਲੋਕਾਂ ਦਾ ਧਿਆਨ ਇੱਧਰ ਹੋ ਗਿਆ, ਉਧਰੋਂ ਹਟ ਗਿਆ। ਉਹ ਤੋਂ ਬਾਅਦ ਸਰਬੱਤ ਦਾ ਖਾਲਸਾ ਬੁਲਾਇਆ ਗਿਆ। ਸਰਬੱਤ ਦੇ ਖਾਲਸੇ ਦੇ ਵਿੱਚ ਸਿੱਖਾਂ ਦੇ ਜੋ ਰਜਿਸਟਰ ਸੀ ਉਹਦੀ ਬਜਾਏ ਉਹਦਾ ਰੁੱਖ ਕੁਛ ਹੋਰ ਹੀ ਦੇ ਦਿੱਤਾ ਗਿਆ। ਇਸ ਤਰੀਕੇ ਨਾਲ ਸਾਨੂੰ ਸਿਆਸਤ ਜਿਹੜੀ ਹੈ ਨਾ, ਸਾਨੂੰ ਸਾਡੇ ਜਿਹੜੇ ਰਾਜ ਕਰਨ ਵਾਲੇ ਜਾਂ ਸਿਆਸੀ ਪਾਰਟੀਆਂ ਉਸ ਧਰਮ ਦੀ ਡੁਗੜੀ ਕੋਈ ਭਜਾਉਂਦੀਆਂ ਨੇ ਤੇ ਜਨਤਾ ਅੰਦਰਾਂ ਵਾਂਗੂ ਉਸ ਡੁਗੜੀ ਤੇ ਨੱਚਣ ਲੱਗ ਪੈਂਦੀ ਹੈ। ਜਦਕਿ ਇਸਦੇ ਉਲਟ ਹੋਣਾ ਚਾਹੀਦਾ ਸੀ ਕਿ ਅਸੀਂ ਧਰਮ ਨੂੰ ਲੈ ਕੇ, ਸਾਡਾ ਧਰਮ ਸਾਡੀ ਆਤਮਾ ਦੇ ਲਈ ਜ਼ਰੂਰੀ ਹੈ, ਅਸੀਂ ਅੱਛੇ ਇਨਸਾਨ ਬਣਦੇ, ਸਾਡੇ ਧਰਮ ਪੋਲੀਟੀਸ਼ੀਅਨ ਵੀ ਅੱਛੇ ਰਾਜੇ ਬਣਦੇ, ਅੱਛਾ ਰਾਜ ਕਰਨ ਵਾਲੇ। ਸਾਨੂੰ ਸਿੱਖ ਧਰਮ ਦੀ ਇੱਕੋ ਇੱਕ ਪੋਲੀਟੀਕਲ ਵਿੰਗ ਹੈ ਸ਼੍ਰੋਮਣੀ ਅਕਾਲੀ ਦਲ, ਪਿਛਲੇ 10 ਸਾਲ ਰਾਜ ਹੋਇਆ। ਪਰ ਕੀ ਸੋਚ ਸਕਦੇ ਹੋ ਤੁਸੀਂ ਕਿ ਉਹ ਹਲੀਮੀ ਰਾਜ ਸੀ, ਉਸਦੇ ਬਾਰੇ ਕਿੰਨੇ ਦੋਸ਼ ਰਾਜ ਕਰਨ ਵਾਲਿਆਂ ਦੇ ਲੱਗਦੇ ਨੇ ਕਿ ਉਹ ਧਰਮੀ ਲੋਕ ਸਨ। ਹੁਣ ਜਿਹੜੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਹਫ਼ਤੇ ਵਿੱਚ ਗੁਟਕਾ ਫੜ ਕੇ ਕਸਮ ਖਾਧੀ ਕਿ ਚਾਰ ਹਫ਼ਤਿਆਂ ਦੇ ਵਿੱਚ ਮੈਂ ਨਸ਼ੇ ਬੰਦ ਕਰ ਦਿਆਂਗਾ। ਕਿ ਪੰਜਾਬ 'ਚ ਨਸ਼ੇ ਬੰਦ ਹੋਏ? ਅਸੀਂ ਸਾਡੇ ਸਿਆਸਤਦਾਨ ਧਰਮ ਨੂੰ ਇੱਕ ਹਥਿਆਰ ਵਜੋਂ ਵਰਤ ਰਹੇ ਨੇ ਜਨਤਾ ਨੂੰ ਮੂਰਖ ਬਣਾਉਣ ਲਈ, ਜਦਕਿ ਧਰਮ ਦਾ ਤਾਂ ਅਰਥ ਕੁਛ ਹੋਰ ਸੀ, ਧਰਮ ਦਾ ਭਾਵਨਾ ਕੋਈ ਹੋਰ ਸੀ, ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕੁਛ ਹੋਰ ਸੀ, ਪਰ ਉਹ ਉਦੋਂ ਬਿਲਕੁਲ ਉਲਟ ਰਿਹਾ। ਮੈਂ ਇਹ ਕਹਿੰਦਾ ਹੈ ਕਿ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ, ਪਰ ਅੱਜ ਕੱਲ੍ਹ ਸਾਡੇ ਸਿਆਸਤਦਾਨ ਜਾਂ ਇੱਥੇ ਅਮਰੀਕਾ ਦੇ ਵਿੱਚ ਜਾਂ ਕਿਤੇ ਵੀ ਹੋਰ ਸ਼ੋਅ ਕਰ ਰਹੇ ਨੇ ਸਾਡੇ ਸਿਆਸਤਦਾਨ, ਉਹ ਸਿੱਖੀ ਦਾ ਕਤਲ ਕਰ ਰਹੇ ਨੇ, ਸਿੱਖ ਧਰਮ ਦਾ ਕਤਲ ਕਰ ਰਹੇ ਨੇ, ਸਿੱਖੀ ਤੋਂ ਬਾਹਰ ਜਾ ਰਹੇ ਨੇ, ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਾਹਰ ਜਾ ਰਹੇ ਨੇ। ਜੀ ਬਿਲਕੁਲ ਅਗਰੇਵਾਲ ਸਾਹਿਬ, ਮੈਂ ਇੱਕ ਗੱਲ ਹੋਰ ਵੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਦ ਵੀ ਚੋਣਾਂ ਨਜ਼ਦੀਕ ਆਉਂਦੀਆਂ ਹਨ, ਇਹ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੀ ਅਗਰ ਆਪਾਂ ਪੰਜਾਬ ਨੂੰ ਐਨਾਲਿਸਿਸ ਕਰੀਏ ਤਾਂ 10 ਸਾਲਾਂ ਦੇ ਵਿੱਚ ਧਰਮ ਦੀ ਰਾਜਨੀਤੀ, ਧਰਮ ਨੂੰ ਲੈ ਕੇ ਸਿਆਸਤ ਜਿਹੜੀ ਹੈ ਉਹ ਭਖਦੀ ਹੈ।
ਚਾਹੇ ਕਿਰਪਾਨਾਂ ਚੱਲਦੀਆਂ ਹੋਣ, ਚਾਹੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਮਾਮਲੇ ਹੋਣ, ਚਾਹੇ ਜਿਹੜੇ ਹੋਰ ਵੱਖ ਵੱਖ ਭਾਈਚਾਰੇ ਹਨ ਉਹਨਾਂ ਦੇ ਵਿੱਚ ਮਤਭੇਦ ਪੈਦਾ ਹੋਣ, ਅਤੇ ਤੁਹਾਨੂੰ ਕੀ ਲੱਗਦਾ ਕਿ ਇਹ ਇਹਦੇ ਪਿੱਛੇ ਕੌਣ ਕਾਰਨ ਹੋ ਸਕਦਾ? ਇਹਦੇ ਪਿੱਛੇ ਦੇਖੋ ਜੀ, ਜੇ 1984 ਤੋਂ ਅਸੀਂ ਬਾਰ ਬਾਰ ਇਹ ਕਹਿੰਦੇ ਹਾਂ ਕਿ 1984 ਦੀਆਂ ਜੋ ਘਟਨਾਵਾਂ, 1984 ਤੱਕ ਸਿੱਖ ਧਰਮ ਜਾਂ ਸਿੱਖ ਸਿਆਸਤ ਉਸ ਹੱਦ ਤੱਕ ਕਿਉਂ ਪਹੁੰਚੀ, ਉਹ ਕਲੈਸ਼ ਕਿਉਂ ਹੋਇਆ, ਬਲੂ ਸਟਾਰ ਕਿਉਂ ਹੋਇਆ, ਇਹ ਸਾਰੀਆਂ ਘਟਨਾਵਾਂ ਦਾ ਨਿਰੀਖਣ ਹੋਣਾ ਚਾਹੀਦਾ ਸੀ ਔਰ ਸਾਨੂੰ ਉਹ ਚੋਂ ਸਿੱਟੇ ਕੱਢਣੇ ਚਾਹੀਦੇ ਸੀ, ਪਰ ਸਿੱਖ ਕੌਮ ਨੇ ਅਜਿਹਾ ਅੱਜ ਤੱਕ ਵੀ ਨਹੀਂ ਕੀਤਾ। 84 ਦੇ ਚੱਕਰ 'ਚ ਅਸੀਂ ਜਾਂ ਤਾਂ ਫਸੇ ਹੋਏ ਹਾਂ ਜਾਂ ਸਿਆਸਤਦਾਨ ਉਹ 84 ਦਾ ਰੌਲਾ ਪਾ ਕੇ ਆਪਣਾ ਲਾਹਾ ਲੈ ਰਹੇ ਨੇ, ਅਸੀਂ 84 ਦੇ ਚੱਕਰ 'ਚੋਂ ਨਿਕਲ ਨਹੀਂ ਸਕੇ ਹਾਲੇ ਤੱਕ। ਇਹੀ ਕੁਛ ਸਾਡੀਆਂ ਸਿਆਸੀ ਪਾਰਟੀਆਂ ਕਰਦੀਆਂ ਨੇ, ਕਦੀ ਉਹ ਸਾਨੂੰ ਕਿਸੇ ਤਰੀਕੇ ਨਾਲ ਵਰਗ ਲਾ ਲੈਂਦੀਆਂ ਧਰਮ ਦੇ ਨਾਂ ਤੇ, ਕਦੀ ਕਿਸੇ ਤਰੀਕੇ ਨਾਲ ਵਰਗ ਲਾ ਲੈਂਦੀ ਹੈ। ਧਰਮ ਜਿਹੜਾ ਉਹਦਾ ਸੰਬੰਧ ਸਾਡੀ ਆਤਮਾ ਦੇ ਨਾਲ ਸੀ, ਸਾਡੀ ਸਿਆਸਤ ਸਾਡੇ ਸਿਆਸਤਦਾਨਾਂ ਦੀ ਆਤਮਾ ਦੇ ਨਾਲ ਸੀ, ਪਰ ਅਜਿਹਾ ਕੁਛ ਵੀ ਹੋ ਨਹੀਂ ਰਿਹਾ। ਅਸੀਂ ਧਰਮ ਨੂੰ ਇੱਕ ਹਥਿਆਰ ਬਣਾ ਕੇ ਸਾਡੇ ਪੋਲੀਟੀਸ਼ੀਅਨ ਵਰਤਣ ਲੱਗ ਪਏ ਨੇ, ਧਰਮ ਦੇ ਨਾਂ ਤੇ ਪੈਸਾ ਇਕੱਠਾ ਹੋ ਰਿਹਾ, ਧਰਮ ਦੇ ਨਾਂ ਤੇ ਲੋਕਾਂ ਨੂੰ ਵਰਗ ਲਾ ਕੇ ਰਾਜ ਹਥਿਆਏ ਜਾ ਰਹੇ ਨੇ, ਇਹ ਸਭ ਕੁਛ ਹੋ ਰਿਹਾ। ਜਦਕਿ ਧਰਮ ਦਾ ਅਰਥ ਕੁਛ ਹੋਰ ਸੀ, ਧਰਮ ਕੁਛ ਹੋਰ ਸੀ, ਸਾਡੇ ਧਰਮ ਸਥਾਨ ਕਿਸੇ ਹੋਰ ਕੰਮ ਲਈ ਬਣੇ ਸੀ, ਪਰ ਸਭ ਕੁਛ ਉਹ ਤੋਂ ਉਲਟ ਹੋ ਰਿਹਾ। ਇਹਦੇ ਵਿੱਚੋਂ ਸਿੱਖੀ ਨੂੰ ਢਾਹ ਲੱਗ ਰਹੀ ਹੈ, ਪਰ ਸਿੱਖੀ ਦਾ ਰੌਲਾ ਵੱਧ ਰਿਹਾ। ਇੱਕ ਸਵਾਲ ਹੋਰ ਪੁੱਛਾਂਗਾ ਕਿ ਤੁਹਾਨੂੰ ਲੱਗਦਾ ਕਿ ਜਦ ਤੋਂ ਬਰਗਾੜੀ ਕਾਂਡ ਹੋਇਆ ਉਸ ਤੋਂ ਬਾਅਦ ਵੱਖ ਵੱਖ ਔਰਗਨਾਈਜੇਸ਼ਨਸ ਵੀ ਹੋਣ ਦੇ ਵਿੱਚ ਆ ਗਈਆਂ ਔਰ ਸਿੱਖ ਡਾਇਸਪੋਰਾ ਯਾਨੀ ਕਿ ਕੈਨੇਡਾ, ਅਮੈਰੀਕਾ, UK ਅਤੇ ਯੂਰੋਪ ਦੇ ਵਿੱਚ ਵੱਸਦੇ ਜਿਹੜਾ ਸਿੱਖ ਡਾਇਸਪੋਰਾ ਹੈ ਉਹਨੂੰ ਵੀ ਠੇਸ ਪਹੁੰਚਾਈ ਔਰ ਉਸ ਤੋਂ ਬਾਅਦ ਉਹਨਾਂ ਔਰਗਨਾਈਜੇਸ਼ਨਸ ਨੇ ਇਸ ਗੱਲ ਨੂੰ ਸਮਝ ਲਿਆ ਕਿ ਇਹ ਸੈਂਟੀਮੈਂਟਸ ਜਿਹੜੇ ਨੇ ਸਿੱਖ ਡਾਇਸਪੋਰਾ ਦਾ ਜੁੜਾ ਹੋਇਆ ਔਰ ਉਹਨਾਂ ਨੇ ਫੰਡਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ, ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਆਲ ਓਵਰ ਵਰਲਡ ਤੋਂ। ਹਕੀਰਤ ਜੀ, ਇਹ ਬਿਲਕੁਲ ਸੱਚ ਹੈ, ਕੋਈ ਵੀ ਸਿੱਖ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ ਜੀ, ਉਹਦੇ ਲਈ ਆਪਣੇ ਪਿਤਾ ਦੇ ਕਤਲ ਤੋਂ ਵੀ ਇਹ ਗੱਲ ਹੈ ਜੀ, ਪਰ ਇਸ ਨੂੰ ਵੀ ਸਿਆਸਤ ਦੇ ਤੌਰ ਤੇ ਵਰਦਿਆਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ 2015 ਦੇ ਵਿੱਚ ਕਿਸਾਨ ਪੰਜਾਬ ਦਾ ਕਿਸਾਨ ਸੜਕਾਂ ਤੇ ਆ ਗਿਆ ਸੀ, ਰੇਲਵੇ ਲਾਈਨਾਂ ਤੇ ਬੈਠ ਗਿਆ ਸੀ ਜੀ, ਉਹਦੀਆਂ ਮੁਸ਼ਕਲਾਂ ਦੇਖਣ ਦੀ ਥਾਂ ਉਹਨਾਂ ਨੂੰ ਹੱਲ ਕਰਨ ਦੀ ਥਾਂ ਇਹ ਬੇਅਦਬੀ ਦਾ ਕਾਂਡ ਉਹਨਾਂ ਦੇ ਨਾਲ ਚੁੱਪ ਰਿਹਾ ਔਰ ਲੋਕਾਂ ਦਾ ਧਿਆਨ ਇੱਕਦਮ ਡਾਇਵਰਟ ਕਰਤਾ ਉੱਧਰ ਹੋ ਗਿਆ, ਡਾਇਵਰਟ ਕੀਤਾ ਗਿਆ। ਔਰ ਉਹ ਹੁਣ ਜੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ ਉਹਦੇ ਉੱਤੇ ਵੀ ਸਿਆਸਤ ਹੋ ਰਹੀ ਹੈ, ਬਜਾਏ ਕਿ ਉਸ ਤੇ ਕੋਈ ਕਾਰਵਾਈ ਹੋਏ ਉਹਨੂੰ ਸਾਜ਼ਿਸ਼ੀ ਢੰਗ ਨਾਲ ਲੀਕ ਕਰ ਦਿੱਤਾ ਗਿਆ ਔਰ ਉਹਦੇ ਉੱਤੇ ਕੋਈ ਕਾਰਵਾਈ ਕਰਨ ਦੀ ਥਾਂ ਅਕਾਲੀ ਦੇ ਕਹਿੰਦੇ ਕਿ ਉਹਨੂੰ ਰੱਦੀ ਦੀ ਟੋਕਰੀ ਸਿੱਟ ਦਿਓ, ਕਾਂਗਰਸ ਕੈਪਟਨ ਸਰਕਾਰ ਨੇ CBI ਦੀ ਜਾਂਚ ਬਿਠਾ ਦਿੱਤੀ ਹੈ, ਹੋਰ ਲਟਕਾ ਦਿੱਤਾ ਕੇਸ ਤੇ, ਕੋਈ ਕਾਰਵਾਈ ਨਹੀਂ। ਉਹੀ ਤਾਂ ਗੱਲ ਹੈ ਨਾ, ਉਹੀ ਤਾਂ ਗੱਲ ਹੈ ਅਗਰਵਾਲ ਸਾਹਿਬ ਕਿ ਜਦ ਲੋਕਾਂ ਨੂੰ ਭਟਕਾਉਣਾ ਹੋਏ, ਲੋਕਾਂ ਦੇ ਜ਼ਿਹਨ ਨੂੰ ਡਾਇਵਰਟ ਕਰਨਾ ਹੋਏ ਤਾਂ ਗਠਨ ਕਰ ਦਿਓ ਕੋਈ ਹੋਰ ਕਮਿਸ਼ਨ, ਪਹਿਲਾਂ ਇਹ ਕਮਿਸ਼ਨ ਬਿਠਾਈ, ਇਹ ਜਿਹੜਾ ਕਾਰ ਹੈ ਇਹ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਚੱਲਦੇ ਹੋਏ ਆ ਰਿਹਾ, ਉਸ ਟਾਈਮ ਵੀ ਕਮਿਸ਼ਨ ਬੈਠੇ, CBI ਕਟਕਟੂਮਾ ਕੋਰਟ ਫੈਸਲਾ ਕਰੇਗਾ, ਹੁਣ ਜਦ ਬਰਗਾੜੀ ਕਾਂਡ ਹੈ ਤਾਂ ਇਹਨੂੰ ਲੈ ਕੇ ਪਹਿਲਾਂ ਕਮਿਸ਼ਨ ਬਣਾਈ ਗਈ, ਉਸ ਕਮਿਸ਼ਨ ਤੋਂ ਬਾਅਦ ਭਾਰਤ ਸਰਕਾਰ ਨੇ ਜ਼ੋਰਾ ਸਿੰਘ ਕਮਿਸ਼ਨ ਬਿਠਾਇਆ, ਉਹਦੀ ਰਿਪੋਰਟ ਆਈ ਕਿੱਥੇ ਗਈ, ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਹੁਣ ਇਹ ਸਰਕਾਰ ਆਈ, ਇਹਨਾਂ ਨੇ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਉਠਾਇਆ, ਉਹਦੀ ਰਿਪੋਰਟ ਮਿਲੀ, ਕਾਰਵਾਈ ਹੋਣ ਦੀ ਥਾਂ ਉਹਨੂੰ ਸਾਜ਼ਿਸ਼ੀ ਢੰਗ ਨਾਲ ਲੀਕ ਆਊਟ ਕੀਤਾ ਗਿਆ, ਨਾ ਤਾਂ ਮੰਤਰੀ ਮੰਡਲ ਦੀ ਬੈਠਕ, ਬਿਲਕੁਲ ਜ਼ੋਰਾ ਮਿਲ ਗਏ, ਜ਼ੋਰਾ ਮਿਲ ਗਿਆ, ਜ਼ੋਰਾ ਨਾ ਮਿਲ ਗਿਆ, ਰਣਜੀਤ ਨਾ ਮਿਲ ਗਿਆ, ਹੁਣ CBI, ਹੁਣ ਇੱਕ ਨਵੀਂ ਗੱਲ ਹੈ ਕਿ CBI ਮਿਲ ਗਿਆ, ਕਾਰਵਾਈ ਨਹੀਂ ਹੋਣੀ, ਬੇਅਦਬੀ ਦੇ ਬਾਰੇ ਦੋਸ਼ੀਆਂ ਨੂੰ ਕਾਰਵਾਈ ਹੁਣ ਤੱਕ ਨਹੀਂ ਪਹੁੰਚਣਾ, ਹੁਣ ਉਹਦੇ ਵਿੱਚ ਸਾਜ਼ਿਸ਼ ਢੰਗ ਨਾਲ ਰਿਲੀਜ਼ ਕੀਤੀ ਗਈ ਹੈ, ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਹੋਰਾਂ ਦੇ ਨਾਂ ਵਿੱਚ ਆ ਰਹੇ ਨੇ, ਉਹਦਾ ਹੁਣ ਇੱਥੇ ਬਾਹਰ ਉਹਨੂੰ ਇੱਥੇ ਵਰਤ ਕੇ ਆਪਣੇ ਨਾਮ ਚ ਪਾਏ ਜਾ ਰਹੇ, ਨਵੇਂ ਨਵੇਂ ਲੀਡਰ ਉੱਪਰ। ਅੱਛਾ, ਤੁਹਾਨੂੰ ਲੱਗਦਾ ਕਿ 34 ਸਾਲ 1984 ਨੂੰ ਲੈ ਕੇ ਹੋ ਗਏ ਸੀਗੇ ਤੇ ਹੁਣ ਨਵੇਂ ਸੈਂਟੀਮੈਂਟਸ ਔਰ ਨਵੀਂ ਗੱਲਾਂ ਨੂੰ ਅਮਲੀਜਾਮਾ ਬਣਾਉਣਾ ਸੀਗਾ ਜਿਸ ਕਰਕੇ ਇਹ ਬਰਗਾੜੀ ਕਾਂਡ ਹੋਇਆ, ਤਾਂ ਕਿ ਲੋਕ ਹੁਣ 1984 ਤੋਂ ਬਹੁਤ ਪੁਰਾਣਾ ਹੋ ਗਿਆ, ਚਲੋ ਉਹਨੂੰ ਤਾਂ ਲੋਕ ਭੁੱਲ ਜਾਣ, ਹੁਣ ਇੱਕ ਨਵੀਂ ਫਰੈਸ਼ ਸ਼ੁਰੂਆਤ ਕਰੀਏ। ਕੀ ਤੁਹਾਨੂੰ ਲੱਗਦਾ ਇਹ ਕਾਂਡ ਹੈਗਾ ਉਹਨਾਂ ਸਿਆਸਤਦਾਨਾਂ ਦਾ ਜੋ ਕਿ ਲੋਕਾਂ ਨੂੰ ਇਸ ਮੁਤਲਕ ਡਾਇਵਰਟ ਕਰਨਾ ਚਾਹੁੰਦੇ ਹਨ? ਦੇਖੋ, ਸਿਆਸੀ ਲੋਕ ਜੀ ਇਹ ਧਰਮ ਨੂੰ ਇੱਕ ਟੁਕੜੀ ਦੇ ਤੌਰ ਤੇ ਵਰਚੀ ਜਾ ਰਹੇ ਨੇ ਜੀ, ਇਹ 84 ਦਾ ਜੋ ਕਾਂਡ ਹੋਇਆ ਉਹ ਵੀ ਧਰਮ ਦੇ ਨਾਂ ਤੇ ਕੁਛ ਉਭਰੀ ਸੀ ਗੱਲ ਜੀ, ਉਹ ਕਿਉਂ ਹੋਇਆ ਕਿਹਾ ਜਾਂਦਾ ਹੈ, ਇਤਿਹਾਸ ਨੂੰ ਵਾਚੀਏ ਤਾਂ 1947 ਤੋਂ ਬਾਅਦ ਜੀ ਅਕਾਲੀ ਦਲ ਕਦੇ ਵੀ ਸ਼ਾਂਤੀ ਨਾਲ ਨਹੀਂ ਬੈਠਾ,
ਅਸੀਂ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀ ਸੀ, ਘੱਟ ਗਿਣਤੀ ਦੇ ਲੋਕਾਂ ਨੂੰ ਦਿਮਾਗ ਨਾਲ ਜ਼ਿਆਦਾ ਕੰਮ ਲੈਣਾ ਪੈਂਦਾ, ਡਾਂਗ ਨਾਲ ਕੱਟ ਲੈਣਾ ਪੈਂਦਾ। ਪਰ ਅਕਾਲੀ ਦਲ ਦਾ ਰਵੱਈਆ ਹਮੇਸ਼ਾ ਡਾਂਗ ਵਾਲਾ ਰਿਹਾ, ਇਹ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਇੱਕ ਬਗਾਵਤ ਸੀ, ਹਮੇਸ਼ਾ ਬਾਗੀ ਗਰੁੱਪ ਰਿਹਾ ਹੈ, ਉਹਨਾਂ ਨੂੰ ਦਬਾਉਣ ਲਈ। ਅਖੀਰ ਮੈਨੂੰ ਇਹ ਪਤਾ ਕਿ ਮੈਂ ਇਹਦੇ ਮਤਲਬ ਜਰਨਲਿਸਟ ਰਿਹਾ, ਅਜੀਤ ਦੇ ਵਿੱਚ ਰਿਹਾ, ਇਸ 84 ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਕਾਲੀ ਦਲ ਨਾਲ ਸਮਝੌਤਾ ਹੋ ਜਾਏ। ਜੀ, ਅਕਾਲੀ ਦਲ ਨਾਲ ਸਮਝੌਤਾ ਉਹ ਇਹ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਤੁਸੀਂ ਸਿੱਖ ਰਾਜ ਕਰਨ, ਅਕਾਲੀ ਦਲ ਰਾਜ ਕਰੇ, ਸੈਂਟਰ ਦੇ ਵਿੱਚ ਸਾਡੀ ਭਾਈਵਾਲ ਬਣ ਜਾਏ। ਜੀ, ਬਾਦਲ ਜਾਂ ਅਕਾਲੀਆਂ ਨੇ ਉਹ ਸਮਝੌਤਾ ਨਾ ਮਨਜ਼ੂਰ ਕੀਤਾ ਜੀ, ਤੇ ਬੀਜੇਪੀ ਨਾਲ ਆਪਣਾ ਸਮਝੌਤਾ ਜਾਰੀ ਰੱਖਿਆ। ਬੀਜੇਪੀ ਜਦਕਿ ਕਾਂਗਰਸ ਸੈਕੂਲਰ ਪਾਰਟੀ ਸੀ, ਬੀਜੇਪੀ ਫਿਰ ਹਿੰਦੂ ਪਾਰਟੀ ਸੀ, ਇੱਕ ਹਿੰਦੂ ਪਾਰਟੀ ਦਾ ਸਿੱਖ ਪਾਰਟੀ ਦੇ ਨਾਲ ਕੋਈ ਸਮਝੌਤਾ ਜਾਇਜ਼ ਨਹੀਂ ਸੀ, ਪਰ ਇਹ ਕੀਤਾ ਗਿਆ ਜੀ, ਜੀ, ਜੀ। ਇੱਕ ਸੈਕੂਲਰ ਪਾਰਟੀ ਨਾਲ ਨਹੀਂ ਕੀਤਾ ਗਿਆ, ਉਹਦਾ ਅਸਰ ਇਹ ਹੋਇਆ ਕਿ ਇਹਨਾਂ ਨੂੰ ਦਬਾਉਣ ਦੇ ਲਈ ਉਹ 84 ਦਾ ਸਾਰਾ ਕਾਂਡ ਰਚਿਆ ਗਿਆ ਜੀ। ਉਸ ਤੋਂ ਬਾਅਦ ਵੀ ਇਹ ਹੁਣ 84 ਤੋਂ ਬਾਅਦ ਵੀ ਜੇ ਤਾਂ ਸਿੱਖ ਉਹਦਾ ਅਨਾਲਿਸਿਸ ਕਰਕੇ ਕੋਈ ਰਿਜ਼ਲਟ ਕੱਢ ਲੈਂਦੇ ਜੀ, ਆਪਣੀ ਗਲਤੀ ਦੇਖ ਲੈਂਦੇ ਜਾਂ ਦੂਜਿਆਂ ਦੀ ਕੀ ਗਲਤੀ ਸੀ ਉਹਨੂੰ ਦੇਖ ਕੇ ਰਸਤਾ ਆਪਣਾ ਚੁਣ ਲੈਂਦੇ ਜੀ, ਉਹ ਚੁਣ ਦੀ ਥਾਂ 84 ਨੂੰ ਵੀ ਸਿੱਖ ਲੀਡਰਾਂ ਨੇ ਵਰਤਿਆ। ਸਿੱਖਾਂ ਨੂੰ ਅੱਜ ਤੱਕ ਉਹ 84 ਦੇ ਚੱਕਰ ਚੋਂ ਨਿਕਲ ਨਹੀਂ ਦਿੱਤਾ ਜਾ ਰਿਹਾ। ਤੇ ਗਰੇਵਾਲ ਸਾਹਿਬ ਲੱਗਦਾ ਤੁਹਾਨੂੰ ਕਿ ਇਹ ਗੱਲ ਜਿਹੜੀ ਹੈ ਹੁਣ ਸਾਹਮਣੇ ਬਿਲਕੁਲ ਨਜ਼ਰ ਆਉਂਦੀ ਹੈ ਕਿ ਜੈ ਵੀਰੂ ਵਾਂਗ ਦੋਸਤੀ ਹੋ ਚੁੱਕੀ ਹੈ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਹੁਣ ਸ਼ੋਲੇ ਪਿਕਚਰ ਦਾ ਜਿਹੜਾ ਗੱਬਰ ਹੈ ਉਹ ਸਾਹਮਣੇ ਕਦੀ ਨਹੀਂ ਆਏਗਾ, ਚਾਹੇ ਜਿੰਨੀ ਮਰਜ਼ੀ ਤੁਸੀਂ ਕਮਿਸ਼ਨਰ ਬਣਾ ਲਓ, ਚਾਹੇ ਤੁਸੀਂ ਕਮਿਸ਼ਨ ਬਣਾ ਲਓ ਰਣਜੀਤ ਸਿੰਘ, ਚਾਹੇ ਇਸ ਤੋਂ ਪਹਿਲਾਂ ਜਿਹੜੀ ਜੋਰਾ ਸਿੰਘ ਕਮਿਸ਼ਨ ਬਣੀ ਸੀਗੀ, ਹੁਣ CBI ਦਾ ਗਠਨ ਹੋ ਗਿਆ, ਗੱਬਰ ਸਾਹਮਣੇ ਨਹੀਂ ਆਏਗਾ। ਦੇਖੋ ਇਹ ਜੀ, ਇਹ ਬਿਲਕੁਲ ਸਪਸ਼ਟ, ਜੇ ਅਸੀਂ ਪਹਿਲਾਂ ਅੰਦਾਜ਼ੇ ਲਗਾਉਂਦੇ ਸੀ, ਹੁਣ ਕੈਪਟਨ ਦੇ ਘਰ ਦੇ ਵਿੱਚ ਜਿਹੜੀ ਦੁਸ਼ਮਣ ਦੇਸ਼ ਦੀ ਔਰਤ ਰਹਿੰਦੀ ਹੈ ਜੀ, ਜਿਸ ਤੇ ਦੋਸ਼ ਲੱਗ ਰਹੇ ਨੇ ਕਾਂਗਰਸ ਦੇ ਹੀ ਲੀਡਰ ਲਾ ਰਹੇ ਨੇ ਕਿ ਜਾਸੂਸ ਹੋ ਸਕਦੀ ਆ, ਏਜੰਟ ਹੋ ਸਕਦੀ ਪਾਕਿਸਤਾਨ ਦੀ, ਉਹ ਰਹਿੰਦੀ ਹੈ, ਉਹਦੇ ਬਾਰੇ ਦੋਸ਼ ਲੱਗ ਰਹੇ ਨੇ, ਉਹਦਾ ਵੀਜ਼ਾ ਐਕਸਟੈਂਡ ਕਰਾਉਣ ਲਈ ਹਰਸਿਮਰਤ ਕੌਰ ਸਵਰਾਜ ਨੂੰ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖਦੀ ਹੈ ਜੀ। ਇੱਥੋਂ ਕੀ ਸਪਸ਼ਟ ਹੁੰਦਾ ਕਿ ਸਿੱਧੀ ਸਾਂਡ ਖਾਂਡ ਹੈ। ਪਹਿਲਾਂ ਤਾਂ ਅੰਦਾਜ਼ੇ ਲੱਗਦੇ ਸੀ ਜਾਂ ਕਾਰਵਾਈ ਤੋਂ ਅਸੀਂ ਅੰਦਾਜ਼ੇ ਲਾਉਂਦੇ ਸੀ ਵੀ ਆਪਸ ਵਿੱਚ ਰਲੇ ਹੋ ਰਹੇ ਨੀ, ਕੁਛ ਨੀ ਕਰਨਾ ਜੀ, ਬਾਦਲਾਂ ਦੇ ਖਿਲਾਫ਼ ਕੋਈ ਕਾਰਵਾਈ ਨੀ ਹੋਏਗੀ, ਕੋਈ ਸੁਧਾਰ ਨੀ ਹੋਏਗਾ। ਹੁਣ ਤਾਂ ਇਹ ਚਿੱਠੀ ਤਾਂ ਇੱਕ ਸਬੂਤ ਹੈ ਕਿ ਜੇ ਹਰਕੀਰਤ ਹਰਸਿਮਰਤ ਉਹਦਾ ਪਾਕਿਸਤਾਨੀ ਔਰਤ ਦਾ ਵੀਜ਼ਾ ਐਕਸਟੈਂਡ ਲਈ ਕਰ ਲਈ ਕਹਿੰਦੀ, ਤੇ ਆਪਸ ਕੀ ਰਲੇ ਹੋਏ ਨੇ, ਇਹਦੇ ਬਾਰੇ ਤਾਂ ਕੋਈ ਸ਼ੰਕਾ ਨੀ। ਜਿਹੜਾ ਕੋਈ ਮਿਨਿਸਟਰ ਬੋਲਦਾ ਹੈ ਜੀ, ਜਿਹੜਾ ਕੋਈ ਬੋਲਦਾ ਹੈ, ਮਤਲਬ ਕੋਈ ਵੀ ਉਹਨੂੰ ਚੁੱਪ ਕਰਾਇਆ ਜਾਂਦਾ। ਹੁਣ ਤੁਹਾਡੇ ਸਾਹਮਣੇ ਕੀ ਜਿਹੜਾ ਲੋਕਲ ਬਾਡੀ ਦੇ ਮੰਤਰੀ ਨਵਜੋਤ ਸਿੱਧੂ ਨੇ ਕੁਛ ਮਾਮਲੇ ਉਠਾਏ ਸੀ, ਹਵਾਈ ਜਹਾਜ਼ ਦੇ ਕਿਰਾਇਆ ਬਾਰੇ ਜੋ ਇਹਨੇ ਐਕਸਪਲੋਇਟ ਕੀਤਾ ਜਾਂ ਫਜ਼ੂਲ ਖਰਚੀ ਕੀਤੀ, ਉਹਦੇ ਬਾਰੇ ਬੰਦੇ ਉਠਾਏ ਸੀ ਜੀ ਜੀ। ਇਹ ਮੇਰੇ ਕੋਲ ਸਿੱਧੇ ਪ੍ਰਮਾਣ ਨੇ ਕਿ ਜਿਸ ਨੌਜਵਾਨ ਨੇ RTI ਦੇ ਥਰੂ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਸਿੱਧੂ ਸਾਹਿਬ ਨੂੰ ਦਿੱਤੀ ਸੀ, ਉਸ ਨੌਜਵਾਨ ਨੇ ਪਹਿਲਾਂ ਕੈਪਟਨ ਸਾਹਿਬ ਨੂੰ ਦਿੱਤੀ ਹੈ, ਕੈਪਟਨ ਸਾਹਿਬ ਨੇ ਉਹ ਦੱਬ ਲਈ, ਫਿਰ ਉਸਨੇ ਜਾਖੜ ਨੂੰ ਦਿੱਤੀ, ਜਾਖੜ ਨੇ ਦੱਬ ਲਈ, ਸਿੱਧੂ ਸਾਹਿਬ ਨੇ ਉਹਦਾ ਉਹਨੂੰ ਖੂਬ ਉਹਦਾ ਪ੍ਰਚਾਰ ਕੀਤਾ ਜੀ। ਉਸ ਮੁੰਡੇ ਨੂੰ ਕੈਪਟਨ ਸਾਹਿਬ ਦਾ ਸੁਨੇਹਾ ਪਹੁੰਚ ਗਿਆ ਜੀ ਕਿ ਇਹ ਬੰਦ ਕਰੋ। ਇੱਥੋਂ ਤੁਸੀਂ ਕੀ ਸਮਝਦੇ ਹੋ ਵੀ ਇਹ ਰਲੇ ਵੇਲੇ ਨੀ, ਤੇ ਹੱਟੀ ਸੱਟੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਜੀ 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 ਇਹ ਤਾਂ ਮਤਲਬ ਇਹ ਤਾਂ ਸਬੂਤ ਨੇ ਹੁਣ ਜਿਹੜੇ ਸਾਡੇ ਕੋਲ, ਮਤਲਬ ਇਹ ਬਿਲਕੁਲ ਰਲਿਓ ਨੇ, ਇਹਦੀ ਬਾਦਲਾਂ ਦੇ ਖਿਲਾਫ ਜੋ ਪਿਛਲੇ 10 ਸਾਲ ਦੇ ਵਿੱਚ ਕਾਲੇ ਮਾਲੇ ਹੋਏ ਉਹਦੇ ਤੇ ਪੜਦਾ ਪਾਉਣਾ, ਕੋਈ ਕਾਰਵਾਈ ਨੀ ਕਰਨੀ। ਤੇ ਤੁਹਾਨੂੰ ਲੱਗਦਾ ਲੀਡਰ ਇਹ ਕਹਿ ਰਹੇ ਨੇ, ਤੁਹਾਨੂੰ ਸ਼ਾਇਦ ਇਹ ਪਤਾ ਲੱਗ ਗਿਆ ਵੀ ਕਾਂਗਰਸ ਦੇ ਲੀਡਰ ਨੇ ਕੋਈ ਅਟਵਾਲ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਹੁਲ ਨੂੰ ਕਹੀ ਹੈ ਕਿ ਇਹਨੂੰ ਤੁਸੀਂ ਕੈਪਟਨ ਨੂੰ ਲਾ ਦਿਓ ਜੇ 19 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਬਚਾਉਣੀ ਹੈ, ਨਹੀਂ ਤਾਂ ਬੀਜੇਪੀ ਸਰਕਾਰ ਜਿਹਦੀਆਂ ਨਜ਼ਰਾਂ ਦੇ ਵਿੱਚ ਪਤਾ ਹੈ ਕਿ ਔਰਤ ਇੱਥੇ ਰਹਿੰਦੀ ਹੈ, ਪਾਕਿਸਤਾਨ ਦੀ ਏਜੰਟ, ਹੋ ਸਕਦਾ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਨੂੰ ਹਰਾਉਣ ਲਈ ਕੈਪਟਨ ਅਮਰਿੰਦਰ ਔਰ ਰੂਸਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਦੇਸ਼ ਧਰੋਹੀ ਦਾ ਦੋਸ਼ ਲਾ ਕੇ ਕਾਂਗਰਸ ਨੂੰ ਬਦਨਾਮ ਕਰ ਦੇ। ਇਹੋ ਤੱਕ ਗੱਲ, ਇੱਥੋਂ ਤੱਕ ਗੱਲਾਂ ਆਉਣੀਆਂ ਸ਼ੁਰੂ ਹੋ ਗਈ ਹੈ, ਤੁਸੀਂ ਇਹਨਾਂ ਤੋਂ ਕੀ ਧਰਮ ਦੀ ਤਵੱਕਾ ਕਰਦੇ ਹੋ? ਇਸ ਬੰਦੇ ਨੇ ਗੁਟਕਾ ਹੱਥ ਦੇ ਵਿੱਚ ਫੜ ਕੇ ਕਸਮਾਂ ਖਾਧੀਆਂ ਹੁਣ ਲੋਕਾਂ ਦੇ ਸਾਹਮਣੇ, ਉਹ ਇੱਕ ਪਾਕਿਸਤਾਨੀ ਔਰਤ ਰੱਖ ਕੇ ਬੈਠਾ, ਉਹਦੇ ਜਨਮ ਦਿਨ ਮਨਾਉਂਦਾ ਕਦੀ ਕਿਤੇ ਕਦੀ ਕਿਤੇ, ਉਹਨਾਂ ਤੋਂ ਤੁਸੀਂ ਧਰਮ ਦੀ ਆਸ ਰੱਖਦੇ ਹੋ? ਸਿੱਖ ਧਰਮ ਦੀ ਆਸ ਰੱਖਦੇ ਹੋ ਜਾਂ ਉਹ ਗੁਟਕੇ ਦਾ ਮਾਣ ਰੱਖੂਗਾ ਉਹ ਬੰਦਾ? ਜੀ 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 ਆਈ ਥਿੰਕ ਵੀ ਨੀਡ ਅ ਲੀਡਰ, ਗੁੱਡ ਲੀਡਰ ਇਨ ਪੰਜਾਬ। ਠੀਕ ਹੈ, ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ, ਥੈਂਕ ਯੂ ਵੈਰੀ ਮੱਚ। ਅਤੇ ਇਹ ਸੀਗੇ ਬਲਦੇਵ ਸਿੰਘ ਗਰੇਵਾਲ ਜਿਨ੍ਹਾਂ ਨੇ ਸਾਨੂੰ ਆਪਣੀ ਗੱਲ ਦੱਸੀ ਅਤੇ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ। ਅਤੇ ਹੁਣ ਜੀ ਫੈਸਲਾ ਤੁਸੀਂ ਕਰਨਾ, ਹੁਣ ਚਾਬੀ ਮੈਂ ਤੁਹਾਡੇ ਹੱਥ ਦੇ ਰਿਹਾ, ਦਰਵਾਜ਼ਾ ਤੁਸੀਂ ਖੋਲ੍ਹਣਾ, ਔਰ ਖੋਲ੍ਹਣ ਤੋਂ ਬਾਅਦ ਤੁਸੀਂ ਵੇਖਣਾ
अंदर की कुछ है, तुसी दसना भी है मैनू कि अंदर तुहानू की कुछ नज़र आया, जरूर दसना। चाबी हाथ च फड़ लो और फोन उठा लो, तो कर लो मैनू कॉल इस ब्रेक तो इस पार।